ਮੈਂ ਰਿਟਾਇਰਡ ਇੰਸਪੈਕਟਰ ਪੁਲਿਸ ਹਾਂ ਉੱਥੇ। ਅੱਛਾ, ਰਿਟਾਇਰਡ ਹੈਗਾ, 40 ਸਾਲ ਸਰਵਿਸ ਕੀਤੀ ਆ ਅਫੀਸ਼ੀਅਲ ਲੈਵਲ 'ਤੇ, ਅਤੇ ਇਸ ਕਰਕੇ NOC ਜਿਹੜੀ ਆ ਨਹੀਂ ਮਿਲਦੀ, ਅਸੀਂ ਆ ਨਹੀਂ ਸੀ ਸਕਦੇ। ਸਾਨੂੰ ਤਾਂ ਬਹੁਤ ਅੱਛੇ ਲੱਗੇ ਆ, ਬਹੁਤ ਪਿਆਰ ਦਿੱਤਾ ਸਾਨੂੰ ਉਹਨਾਂ ਨੇ, ਪਿਆਰ ਦੇ ਨਾਲ ਗੱਲਾਂ ਕੀਤੀਆਂ, ਅਸੀਂ ਵੀ ਉਹਨਾਂ ਨੂੰ ਜਵਾਬ ਦਿੱਤੇ ਆ, ਅਤੇ ਇਸ ਤਾਂ ਕਹਿੰਦੇ ਹਾਂ ਬਾਬਾ ਜੀ ਸਾਨੂੰ ਅਗਲੀ ਵਾਰ ਵੀ ਬੁਲਾਉਣ 'ਤੇ ਅਸੀਂ ਜ਼ਰੂਰ ਆਈਏ। ਮੀਆਂ ਆਸਫ ਅਲੀ ਜਨਮ ਅਸਥਾਨ ਤੋਂ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਮੌਜੂਦ ਆ, ਅਤੇ ਇਸ ਟਾਈਮ ਮੇਰੇ ਨਾਲ ਮੌਜੂਦ ਆ ਇੱਕ, ਮੈਨੂੰ ਜੋੜਾ ਦਿਸਿਆ ਦੂਰੋਂ ਆਉਂਦਾ ਹੋਇਆ, ਬੜਾ ਖੂਬਸੂਰਤ ਜੋੜਾ ਲੱਗਿਆ, ਅਤੇ ਜਵਾਨੀ 'ਚ ਤਾਂ ਜ਼ਾਹਿਰ ਹੈ ਹੋਰ ਵੀ ਸੋਹਣੇ ਹੋਣਗੇ ਦੋਵੇਂ, ਅਤੇ ਪਰ ਹੁਣ ਵੀ ਬੜੇ ਹੈਂਡਸਮ ਲੱਗੇ ਮੈਨੂੰ। ਮੈਂ ਕਿਹਾ ਰੁਕ ਕੇ ਪੁੱਛਿਆ ਕੀ ਨਾਂ ਜੀ ਤੁਹਾਡਾ? ਵਿਜੇ ਸਿੰਘ। ਵਿਜੇ ਸਿੰਘ ਕਿੱਥੋਂ ਆਏ ਹੋ ਜੀ? ਮੈਂ ਹੁਸ਼ਿਆਰਪੁਰ ਤੋਂ। ਹੁਸ਼ਿਆਰਪੁਰ ਤੋਂ, ਅਤੇ ਪਹਿਲੀ ਵਾਰੀ ਆਏ ਹੋ ਕਿ ਪਹਿਲੇ ਵੀ ਕਦੇ ਆਏ? ਪਹਿਲੀ ਵਾਰ। ਅੱਛਾ, ਪਹਿਲੀ ਵਾਰੀ ਆਏ ਹੋ, ਅਤੇ ਇਕੱਠੇ ਆਏ ਹੋ ਦੋਵੇਂ? ਇਕੱਠੇ ਆਉਣਾ ਜੀ, ਇਕੱਲੇ ਇਕੱਲੇ ਰਾਜ ਨਹੀਂ ਸਕਦੇ। ਇਹ ਗੱਲ ਤਾਂ ਸਹੀ ਹੈ। ਅੱਛਾ, ਖਾਸ ਕਰ ਫਿਰ ਧਾਰਮਿਕ ਸਥਾਨ 'ਤੇ ਇਕੱਠੇ ਆਉਣਾ ਹੁੰਦਾ। ਹਾਂਜੀ ਹਾਂਜੀ। ਉਦਾਂ ਕਹਿੰਦਾ ਘੁੰਮਣ ਫਿਰਨ ਮੈਂ ਚੱਲਾਂ ਤੇ ਇਕੱਲਾ ਚਲਾ ਜਾਵਾਂ? ਨਹੀਂ, ਉਦਾਂ ਵੀ ਨਹੀਂ ਜਾਂਦੇ। ਸਾਰੇ ਉਦਾਂ ਵੀ ਨਹੀਂ ਜਾਣਦੇ, ਉਦਾਂ ਵੀ ਨਹੀਂ ਜਾਣਦੇ। ਨਹੀਂ, ਸਰਦਾਰ ਜੀ 'ਚ ਇੰਨੀ ਹਿੰਮਤ ਹੈ ਨਹੀਂ ਇਕੱਲੇ? ਨਹੀਂ ਨਹੀਂ, ਇਕੱਠੇ ਜੋ ਸਮਾਨ ਲਿਆਉਣਾ ਕੁਛ ਕਰਨਾ ਇਕੱਠੇ ਜਾਈਦਾ ਸੀ, ਇਕੱਲੇ ਨਹੀਂ ਜਾਈਦਾ। ਇਹ ਵੈਸੇ ਬੜੀ ਚੰਗੀ ਗੱਲ ਆ ਕਿ ਸਰਦਾਰ ਜੀ ਇਕੱਲੇ ਨਹੀਂ ਕਿਤੇ ਜਾਂਦੇ, ਜੀ ਅੱਜ ਜਾਣ ਨਹੀਂ ਦਿੱਤੇ ਜਾਂਦੇ। ਅੱਛਾ, ਅਸਲ ਵਿੱਚ ਗੱਲ ਇਹ ਆ, ਮੈਂ ਰਿਟਾਇਰਡ ਇੰਸਪੈਕਟਰ ਪੁਲਿਸ ਹਾਂ ਉੱਥੇ। ਅੱਛਾ, ਰਿਟਾਇਰਡ ਹੈਗਾ, 40 ਸਾਲ ਸਰਵਿਸ ਕੀਤੀ ਆ ਅਫੀਸ਼ੀਅਲ ਲੈਵਲ 'ਤੇ, ਅਤੇ ਇਸ ਕਰਕੇ NOC ਜਿਹੜੀ ਆ ਨਹੀਂ ਮਿਲਦੀ, ਅਸੀਂ ਆ ਨਹੀਂ ਸੀ ਸਕਦੇ ਐਜ਼ ਅ ਲਾ, ਇਸ ਕਰਕੇ ਅਸੀਂ ਨਹੀਂ ਸੀ ਆ ਸਕਦੇ। ਹੁਣ ਰਿਟਾਇਰ ਹੋਏ ਹੈਗੇ, ਰਿਕੁਐਸਟ ਕੀਤੀ, ਸਾਨੂੰ ਵੀਜ਼ਾ ਮਿਲਿਆ, ਅਸੀਂ ਮੀਆਂ ਵੀ ਇਹਨਾਂ ਦੀ ਖਾਹਿਸ਼ ਪਹਿਲਾਂ ਤੋਂ ਹੀ ਸੀ, ਪਰ ਮੈਂ ਇਹ ਗੱਲ ਇਹਨਾਂ ਨੂੰ ਕਹੀ ਸੀ ਵੀ ਜਦੋਂ ਰਿਟਾਇਰ ਹੋ ਗਏ ਤਾਂ ਅਸੀਂ ਕੋਸ਼ਿਸ਼ ਕਰਾਂਗੇ ਰਿਕੁਐਸਟ ਕਰਕੇ ਵੀ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਤੇ ਜਾਣ। ਉਹ ਸਾਨੂੰ ਸ਼੍ਰੋਮਣੀ ਕਮੇਟੀ ਨੇ ਮੈਨੂੰ ਆਫਰ ਕੀਤਾ ਸੀ, ਅਤੇ ਮੈਂ ਫਿਰ ਉਹ ਵੀਜ਼ੇ ਆਪਣੇ ਲੈ ਕੇ ਅਤੇ ਮੈਂ ਦਰਸ਼ਨ ਕਰਨ ਵਾਸਤੇ ਜਾ। ਇਨ ਸਰਵਿਸ ਜਦੋਂ, ਯਾਨੀ ਪੁਲਿਸ ਦੀ ਸਰਵਿਸ ਜਾਂ ਫੌਜ ਦੀ ਸਰਵਿਸ, ਵੀਜ਼ਾ ਨਹੀਂ ਮਿਲਦਾ? ਨਹੀਂ, ਉਹਦੇ ਵਿੱਚ ਕਈ ਕੰਡੀਸ਼ਨਾਂ ਜਿਹੀਆਂ ਹੁੰਦੀਆਂ ਹੈਗੀਆਂ, ਤੁਸੀਂ ਵੀ ਸਮਝਦੇ ਹਾਂ, ਅਸੀਂ ਵੀ ਸਮਝਦੇ ਹਾਂ, ਅਤੇ ਉਸ ਵਿੱਚ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ। ਨਾਲੇ ਬਿਜ਼ੀ ਲਾਈਫ ਹੈਗੀ ਆ, ਪੁਲਿਸ ਵਿੱਚ ਤਾਂ ਉੱਦਾਂ ਹੀ ਨਹੀਂ ਛੁੱਟੀ ਮਿਲਦੀ, ਇੰਨੀ ਡਿਊਟੀ ਹੁੰਦੀ ਹੈਗੀ ਆ ਕਿ ਸਾਨੂੰ ਉੱਦਾਂ ਹੀ ਨਹੀਂ ਛੁੱਟੀ ਮਿਲਦੀ, ਡੇ ਐਂਡ ਨਾਈਟ ਡਿਊਟੀ ਰਹਿੰਦੀ ਹੈ। ਅੱਛਾ, ਸਾਡੇ ਵਾਲੀ ਪੁਲਿਸ ਨਾ ਬੜੀ ਸਖਤ ਆ, ਅਤੇ ਉੱਧਰਲੀ ਵੀ ਸਖਤ ਨਹੀਂ? ਅੱਛਾ, ਤੁਹਾਡੇ ਠੀਕ ਆ? ਮੈਂ ਗੱਲਬਾਤ ਕੀਤੀ ਹੈ ਕਈ ਮੁਲਾਜ਼ਮਾਂ ਨਾਲ, ਗੱਲ ਨਹੀਂ ਨਹੀਂ ਉਹ ਨਹੀਂ, ਉੱਦਾਂ ਠੀਕ ਆ। ਦੇਖੋ, ਲਾ ਸਾਰਿਆਂ ਵਾਸਤੇ ਇੱਕ ਹੁੰਦਾ, ਚਾਹੇ ਉਹ ਇੱਥੇ ਹੋਵੇ, ਕ੍ਰਾਈਮ ਇੱਥੇ ਵੀ ਹੁੰਦਾ। ਮੈਂ ਵੈਸੇ ਪਤਾ ਕੀ ਸੁਣਿਆ ਦੋਸਤਾਂ ਕੋਲੋਂ, ਸਾਡੇ ਲੋਕਾਂ ਦਾ ਇਹ ਕਹਿਣਾ ਵਾ, ਕਈ ਦੋਸਤਾਂ ਦਾ ਕਹਿੰਦੇ ਜਿਹੜੀ ਪੰਜਾਬ ਪੁਲਿਸ ਆ ਨਾ, ਸਾਰਿਆਂ ਤੋਂ ਜਿਹੜੀ ਨਾ ਸਖਤ ਅਤੇ ਬੜੀ ਮਾਰਨ ਕੁੱਟਣ ਵਾਲੀ ਪੁਲਿਸ। ਦੇਖੋ, ਗੱਲ ਇਹ ਹੈਗੀ ਆ, ਇਹੜਾ ਜ਼ਮਾਨਾ ਹੋਣਿਆ ਨਾ, ਮੈਂ ਅਕੈਡਮੀ ਫਲੋਰ ਤੋਂ ਗੋਲਡ ਮੈਡਲਿਸਟ ਹਾਂ ਸੈਂਟੀਫਿਕ ਏਡ ਐਂਡ ਇਨਵੈਸਟੀਗੇਸ਼ਨ ਦਾ, ਔਰ ਹੁਣ ਜਿਹੜਾ ਚੱਲ ਰਿਹਾ ਜ਼ਮਾਨਾ ਉਹ ਕੁੱਟਮਾਰ ਦਾ ਜ਼ਮਾਨਾ ਨਹੀਂ ਹੈਗਾ। ਸੈਂਟੀਫਿਕਲੀ ਇਨਵੈਸਟੀਗੇਸ਼ਨ ਨੂੰ ਟਰੇਸ ਕਰੋ, ਸੈਂਟੀਫਿਕਲੀ ਯੂਅਰ ਅੰਡਰਸਟੂਡ, ਕੁੱਟਮਾਰ ਨਹੀਂ ਕਰਨੀ, ਉਹਨੂੰ ਤਜਰਬੇ ਦੇ ਨਾਲ ਉਹਨੂੰ ਲਿੰਕ ਕਰਕੇ ਉਹਨੂੰ ਇਨਵੈਸਟੀਗੇਸ਼ਨ ਨੂੰ ਟਰੇਸ ਕਰੋ ਔਰ ਮੁਲਜ਼ਮ ਤੱਕ ਪਹੁੰਚੋ। ਇਸ ਕਰਕੇ ਹੁਣ ਉਹ ਜ਼ਮਾਨਾ ਜਿਹੜਾ ਉਹ ਖਤਮ ਹੋ ਗਿਆ ਹੈਗਾ, ਹੁਣ ਸੈਂਟੀਫਿਕਲੀ ਜ਼ਮਾਨਾ ਹੈ, ਸੈਂਟੀਫਿਕ ਦੇ ਹਿਸਾਬ ਨਾਲ ਕੰਮ ਕਰਨਾ ਚਾਹੀਦਾ। ਇੱਥੇ ਆਈ ਹੋ ਤੁਸੀਂ, ਰਿਟਾਇਰਾ ਰਿਟਾਇਰਮੈਂਟ ਤੋਂ ਬਾਅਦ ਆਉਣਾ ਹੋਇਆ, ਅਤੇ ਇੱਥੇ ਆ ਕੇ ਕਿਵੇਂ ਲੱਗਿਆ? ਬੜਾ ਵਧੀਆ ਹੈਗਾ ਇੱਥੇ। ਇੱਕ ਮੈਂ ਸਭ ਤੋਂ ਵੱਡੀ ਜਿਹੜੀ ਗੱਲ ਦੇਖੀ ਹੈਗੀ ਆ, ਕੁਛ ਲੜਕੇ ਪਸ਼ਤੋ ਬੋਲਦੇ ਆ, ਮੈਂ ਨਹੀਂ ਪੁੱਛਿਆ ਹੁਣ ਕਿਸ ਸਟੇਟ ਦੇ, ਪਰ ਉਹਨਾਂ ਦਾ ਸਿੱਖੀ ਸਰੂਪ ਜਿਹੜਾ ਅਸੀਂ ਦੇਖਿਆ ਨਾ, ਉਹ ਬਹੁਤ ਸਾਨੂੰ ਦਿਲ ਨੂੰ ਕਾਇਲ ਕਰਨ ਵਾਲਾ ਸੀ। ਛੋਟੇ ਛੋਟੇ ਬੱਚੇ ਜਿਹੜੇ ਆ ਉਹ ਸਿੱਖੀ ਸਰੂਪ ਵਿੱਚ ਜਦੋਂ ਉਸਨੂੰ ਦੇਖਦੇ ਆ ਨਾ, ਅਤੇ ਮਨ ਨੂੰ ਟੁੰਬਦੇ ਆ, ਟੁੰਬਦੇ ਸਮਝਦੇ ਨਾ ਦਿਲ 'ਤੇ ਲੱਗਦਾ ਆ ਵੀ ਇਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਅਸੀਂ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਇਸ ਢੰਗ ਦੇ ਨਾਲ ਉਹਨਾਂ ਦਾ ਮਾਇੰਡ ਜਿਹੜਾ ਡਿਵੈਲਪ ਕੀਤਾ, ਕਿਉਂਕਿ ਬੱਚੇ ਦਾ ਮਾਇੰਡ ਹੈਗਾ ਡਿਵੈਲਪ, ਜਿਹੜਾ ਐਵੇਂ ਨਹੀਂ ਹੁੰਦਾ ਹੈਗਾ, ਉਹ ਬਾਹਰਲੀਆਂ ਗੱਲਾਂ ਨੂੰ ਜ਼ਿਆਦਾ ਸੋਚਦੇ ਆ, ਮਾਂ ਪਿਓ ਦੀਆਂ ਗੱਲਾਂ ਨੂੰ ਘੱਟ, ਜਿਹੜਾ ਪਰ ਮਾਂ ਪਿਓ ਵਾਸਤੇ ਉਹ ਸਭ ਤੋਂ ਵੱਡੀ ਗੱਲ ਹੈ ਜਿਹੜਾ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਸ ਢੰਗ ਦੇ ਨਾਲ ਡਿਵੈਲਪ ਕੀਤਾ, ਜਿਹੜੇ ਸਿੱਖੀ ਸਰੂਪ ਦੇ ਵਿੱਚ ਬਿਲਕੁਲ ਸੱਚ ਧੱਜ ਕੇ ਦਰਸ਼ਨ ਦਿੰਦੇ ਸਾਨੂੰ, ਅਸੀਂ ਬਹੁਤ ਖੁਸ਼ ਹੋਏ। ਮੈਂ ਜੱਫੀ ਪਾ ਕੇ ਲਾਡ ਪਿਆਰ ਕੀਤੇ ਉਹਨਾਂ ਦਾ, ਵੈਰੀ ਹੈਪੀ। ਤੁਹਾਡਾ ਕੀ ਨਾਂ ਜੀ? ਸੁਖਦੇਵ ਕੌਰ। ਸੁਖਦੇਵ ਕੌਰ, ਅਤੇ ਤੁਸੀਂ ਵੀ ਇਕੱਠੇ ਹੀ ਆਏ ਹੋ ਦੋਵੇਂ ਜਣੇ? ਹਾਂਜੀ, ਇਕੱਠੇ ਇਕੱਠੇ ਆਏ ਹੋ, ਹੈਗਾ ਹੀ ਕਪਲ ਤਾਂ ਇਕੱਠੇ ਹੀ ਆਉਣਾ ਸੀ, ਮੈਂ ਪੁੱਛ ਲਿਆ ਲੈਦਾ ਤੋਂ। ਅਤੇ ਅੱਛਾ, ਇੱਥੇ ਆਏ ਹੋ ਤੁਸੀਂ, ਇੱਥੇ ਦੇ ਕੈਸੇ ਲੱਗੇ ਲੋਕ? ਸਾਨੂੰ ਤਾਂ ਬਹੁਤ ਅੱਛੇ ਲੱਗੇ ਆ, ਬਹੁਤ ਪਿਆਰ ਦਿੱਤਾ ਸਾਨੂੰ ਉਹਨਾਂ ਨੇ, ਪਿਆਰ ਦੇ ਨਾਲ ਗੱਲਾਂ ਕੀਤੀਆਂ, ਅਸੀਂ ਵੀ ਉਹਨਾਂ ਨੂੰ ਜਵਾਬ ਦਿੱਤੇ ਆ, ਅਤੇ ਇਸ ਤਾਂ ਕਹਿੰਦੇ ਹਾਂ ਬਾਬਾ ਜੀ ਸਾਨੂੰ ਅਗਲੀ ਵਾਰ ਵੀ ਬੁਲਾਉਣ 'ਤੇ ਅਸੀਂ ਜ਼ਰੂਰ ਆਈਏ। ਬਿਲਕੁਲ, ਰੋਜ਼ ਰੋਜ਼ ਆਓ ਤੁਸੀਂ, ਅਸੀਂ ਇੱਥੇ ਤੁਹਾਡਾ ਇੰਤਜ਼ਾਰ ਕਰਾਂਗੇ। ਰੋਜ਼ ਰੋਜ਼ ਤਾਂ ਨਹੀਂ ਆਇਆ ਜਾਂਦਾ, ਜਦੋਂ ਵੀਜ਼ਾ ਮਿਲੂ। ਕਰਤਾਰਪੁਰ
ਨਹੀਂ ਕਰਤਾਰਪੁਰ ਖੁੱਲ ਗਿਆ ਉੱਥੇ ਤੇ ਆ ਸਕਦੇ ਕਰਤਾਰਪੁਰ ਅਸੀਂ ਜਾ ਸਕਦੇ ਜਾਵਾਂਗੇ ਹੁਣ ਅੱਛਾ ਇਧਰੋਂ ਜਾ ਕੇ ਉੱਥੇ ਵੀ ਜਾਵਾਂਗੇ ਫ੍ਰੀ ਹੈਗੇ ਹਾਂ ਜਿੱਥੇ ਮਰਜ਼ੀ ਹਾਂਜੀ ਹੁਣ ਅਸੀਂ ਫ੍ਰੀ ਬੰਦੇ ਹਜੂਰ ਸਾਹਿਬ ਜਾਵਾਂਗੇ ਸਾਰੇ ਪਾਸੇ ਜਾਵਾਂਗੇ ਸਾਡੇ ਫੈਮਿਲੀ 'ਚ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਮੀਆਂ ਵੀ ਫ੍ਰੀ ਹਾਂ ਇਸ ਕਰਕੇ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਸਾਨੂੰ ਆਪ ਖੁਦ ਕਹਿੰਦੇ ਵੀ ਡੈਡੀ ਤੁਸੀਂ ਦਰਸ਼ਨ ਮੇਲੇ ਕਰੋ ਨਿਆਣੇ ਵਿਆਹ ਵੀ ਦਿੱਤੇ ਸਾਰੇ ਦੋ ਫੋਰਨ ਵਿੱਚ ਆ ਇੱਕ ਬੇਟਾ ਘਰ ਹੈਗਾ ਉਹ ਫਿਰ ਘਰ ਦਾ ਜਿਹੜਾ ਥੋੜ੍ਹਾ ਜਿਹਾ ਜ਼ਿਆਦਾ ਖਿਲਾਰਾ ਜਿਹਾ ਹੈਗਾ ਉਹ ਦੇਖਣ ਵਾਸਤੇ ਬੱਚਾ ਇੱਕ ਚਾਹੀਦਾ ਜ਼ਰੂਰੀ ਬਹਰਾਲ ਜੀ ਬੜਾ ਚੰਗਾ ਲੱਗਿਆ ਇਹਨਾਂ ਦੇ ਨਾਲ ਗੱਲਬਾਤ ਹੋਈ ਤੁਸੀਂ ਵੀ ਸੁਣਿਆ ਔਰ ਖਾਸ ਕਰ ਪੁਲਿਸ ਅਫਸਰ ਰਿਟਾਇਰ ਬਹੁਤ ਸਾਰੀਆਂ ਗੱਲਾਂ ਨਵੀਆਂ ਵੀ ਪਤਾ ਲੱਗਦੀਆਂ ਵਾ ਬਹਰਾਲ ਇਹ ਬੜੀ ਅੱਛੀ ਇੱਕ ਫੈਮਿਲੀ ਲੱਗੀ ਮੈਨੂੰ ਔਰ ਪੁਲਿਸ ਦੇ ਹਵਾਲੇ ਨਾਲ ਵੀ ਕਾਫੀ ਨਵੀਆਂ ਗੱਲਾਂ ਦੀ ਜਾਣਕਾਰੀ ਮਿਲੀ